बिस्मिल्लाहिर्रहमानिर्रहीम अस्सलाम वालेकुम नाज़रीन पंजाबी व्यूज़ चैनल दे नाल तुहाडा मेज़बान एडी हाज़र है। कल असीं जिहड़ी वीडियो कीती आ उह सी दिल्ली मुंबई एक्सप्रैस वे उहदे ते कीती सीगी ते नाल ही असीं पाइपलाइन दे विच दूसरी चीज़ रखी सीगी मुंबई कोस्टल रोड। जिस तरह ही असीं वीडियो अपलोड कीती ते दोस्तां दे नाल ही कमेंट आने शुरू हो गए कि मुंबई कोस्टल रोड ते साडे ना रिव्यू करो ते इह साडे पहले पाइपलाइन दे विच सीगी ते अज असीं इसे ते रिव्यू लैके आए हां। दोस्तों साडे चैनल नूं फेसबुक ट्विटर इंस्टाग्राम ते फॉलो करो, लिंक्स डिस्क्रिप्शन च मिल जाणगे तुहानूं। मेरे नाल बैठे ने जिशान बेग, किद्दां भाई, की हाल चाल ने, ठीक ठाक हो? अज दी सुबह दी सैर आ, उह वी समुंदर दे किनारे, नाल नाल रोड बन रहा है, नाल नाल सैर होएगी, लोग भी सैर कर रहे ने, आपां वी सैर करांगे और नाल नाल वेखांगे कि रोड किस तरह बन रहा है और समुंदर दे नाल नाल कित्थे बन रहा है। हेलो गाइस, वेलकम बैक टू अगेन माय चैनल। कैसे आप सब लोग? आई होप सब लोग मजे के अंदर होंगे। तो अभी मैं गुजरात से सीधा आ चुका हूँ महाराष्ट्र के अंदर और आज की जो वीडियो होने जा रही है वो इंडिया के बिगेस्ट प्रोजेक्ट के ऊपर, ये मेगा प्रोजेक्ट है मुंबई कोस्टल रोड के ऊपर आज की जो पूरी वीडियो होने जा रही है। अभी जो आप मेरे सामने देख रही है मरीन ड्राइव का व्यू, मुंबई की बहुत ही फेमस प्लेसेस है और सबसे ज़्यादा विजिट की जाने वाली प्लेस है ये। अभी देख सकता है मुंबई कोस्टल रोड का काम कितनी तेज़ी से चल रहा है और देखिए पिलर्स का काम भी हो चुका है और इसकी डेडलाइन समथिंग 2023 तक है और मुझे ऐसा लग रहा है कि कंप्लीट हो जाएगा क्योंकि इसका काम बहुत तेज़ी से चल रहा है और ये मॉर्निंग का मैंने लिया हुआ है टाइम में, मॉर्निंग टाइम पे। और गाइस, जहाँ तक कि मैं अगर मुंबई को अगर किसी बाहर कंट्री से कंपेयर करूँ तो जी बिल्कुल उसको कंपेयर किया जा सकता है क्योंकि इतने सारे स्काईस्क्रेपर अभी हमें सामने ही देखा। बहुत सारे पिलर्स का काम चल रहा है और यहाँ से पूरा स्काईलाइन का भी व्यू दिखता है। मुंबई की बड़ी बड़ी और टॉलेस्ट बिल्डिंग्स से यहाँ से आपको इजीली दिख जाएंगी और ये हाजी Oh,
ਸੀ ਅੱਜ ਦੀ ਵੀਡੀਓ ਤੇ ਅੱਜ ਦਾ ਰਿਵਿਊ ਕਰਨ ਲਈ ਪਹਿਲੇ ਜ਼ਿਸ਼ਾਨ ਬੇ ਐਸ ਯੂਜੂਅਲ ਪਹਿਲੇ ਮੈਂ ਇਹ ਲੱਗਾ ਬਹੁਤ ਵਧੀਆ ਸਫ਼ਰ ਸੀ ਇਹਦੀ ਵਜ੍ਹਾ ਇਹ ਕਿ ਜਿਸ ਤਰ੍ਹਾਂ ਸ਼ਹਿਰ ਜਿਹੜਾ ਉਹ ਡਿਵੈਲਪ ਹੁੰਦਾ ਹੈ ਵਕਤ ਦੇ ਨਾਲ ਨਾਲ ਡਿਵੈਲਪ ਹੁੰਦਾ ਗਿਆ ਔਰ ਉਹਨੇ ਦਿਖਾਇਆ ਵਾ ਕਿ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਬਣੀਆਂ ਹੋਈਆਂ ਬਿਲਕੁਲ ਔਰ ਬਿਲਡਿੰਗਸ ਜਿਹੜੇ ਹੋਟਲਸ ਵੀ ਨੇ ਉਹਦੇ ਵਿੱਚ ਅਪਾਰਟਮੈਂਟਸ ਵੀ ਨੇ ਲੋਕਾਂ ਦੇ ਘਰ ਵੀ ਨੇ ਵੱਡੇ ਵੱਡੇ ਜਿੱਦਾਂ ਮੁਕੇਸ਼ ਅੰਬਾਨੀ ਦਾ ਉਹਨੇ ਨਾਮ ਲਿਆ ਉਹਦੇ ਨਾਲ ਨਾਲ ਯਾਨੀ ਕਿ ਸਿਟੀ ਜਿਹੜੀ ਆ ਉਹ ਮੋਸਟਲੀ ਡਿਵੈਲਪਡ ਸਿਟੀ ਆ ਉਹਦੇ ਨਾਲ ਜ਼ਾਹਰ ਹੈ ਟ੍ਰੈਫਿਕ ਦਾ ਰੁਝਾਨ ਵੱਧ ਰਿਹਾ ਸਿਟੀ ਦੇ ਵਿੱਚ ਆਵਾਮ ਵੱਧ ਰਹੀ ਹੈ ਤਾਂ ਟ੍ਰੈਫਿਕ ਵੀ ਵੱਧ ਰਹੀ ਉਹ ਟ੍ਰੈਫਿਕ ਦਾ ਲੋਡ ਕੰਮ ਕਰਨ ਵਾਸਤੇ ਉਹ ਕੋਸਟਲ ਹਾਈਵੇ ਜਿਹੜਾ ਨਾ ਜੀ ਉਹਨੂੰ ਬਣਾ ਰਿਹਾ ਅਤੇ ਬਹੁਤ ਅੱਛਾ ਪ੍ਰੋਜੈਕਟ ਆ ਉਹਦੇ ਨਾਲ ਮੇ ਬੀ ਮਤਲਬ ਕੋਈ ਵੀ ਗੌਰਮੈਂਟ ਆ ਅਗਰ ਕੋਈ ਪ੍ਰੋਜੈਕਟ ਬਣਾਉਂਦੀ ਹੈ ਤਾਂ ਪੂਰੀ ਪਲੈਨਿੰਗ ਦੇ ਨਾਲ ਬਣਦਾ ਨਾ ਜੀ ਜੀ ਬਿਲਕੁਲ ਅਤੇ ਇਹਦਾ ਇਹ ਫਾਇਦਾ ਹੋਏਗਾ ਕਿ ਜਿਹੜੀ ਸਿਟੀ ਏਰੀਏ ਦੇ ਵਿੱਚ ਕਿਸੇ ਬੰਦੇ ਨੇ ਇੱਕ ਚੋਂ ਦੂਸਰੀ ਜਗ੍ਹਾ ਜਾਣਾ ਹੈ ਅਤੇ ਉਹ ਬਾਹਰ ਦਾ ਕੋਸਟਲ ਹਾਈਵੇ ਦਾ ਰਸਤਾ ਲਏਗਾ ਜੀ ਆਰਾਮ ਦੇ ਨਾਲ ਬਾਹਰੋਂ ਬਾਹਰੋਂ ਦੂਸਰੀ ਜਗ੍ਹਾ ਤੇ ਇੱਕ ਸਮੇਂ ਬਾਈਪਾਸ ਹੋ ਜਾਏਗਾ ਬਾਈਪਾਸ ਔਰ ਇਹ ਕਿ ਨਾਲ ਸਮੁੰਦਰ ਦਾ ਮਜ਼ਾ ਵੀ ਲਵੇਗਾ ਤੇ ਬਾਹਰੋਂ ਬਾਹਰ ਬਿਲਕੁਲ ਟ੍ਰੈਫਿਕ 'ਚ ਰੁਕੇਗਾ ਹੀ ਨਹੀਂ ਉਹ ਬਾਹਰੋਂ ਬਾਹਰ ਆਪਣੇ ਸਟੇਸ਼ਨ ਤੇ ਚਲਾ ਜਾਏਗਾ ਬਿਲਕੁਲ ਇਸੇ ਤਰ੍ਹਾਂ ਲਾਹੌਰ ਰਿੰਗ ਰੋਡ ਬਣਿਆ ਨਾ ਚਾਰ ਚੁਫੇਰੇ ਜੀ 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 ਬਿਲਕੁਲ ਸਿਟੀ ਦੇ ਅਰਾਊਂਡ ਬਣਿਆ ਕੋਸਟਲ ਹਾਈਵੇ ਵੀ ਮੇਰਾ ਖਿਆਲ ਇਹ ਸਿਟੀ ਦੇ ਅਰਾਊਂਡ ਹੀ ਬਣਾ ਰਹੇ ਬਿਲਕੁਲ ਠੀਕ ਹੈ ਨਾ ਸਮੁੰਦਰ ਦਾ ਏਰੀਆ ਸਾਰਾ ਸਮੁੰਦਰ ਦੇ ਨਾਲ ਇਹਦਾ ਵਿਊ ਹੀ ਆਪਣਾ ਹੋ ਜਾਣਾ ਇਹਦੀ ਲੋਕਾਂ ਨੂੰ ਦੱਸੋ ਬਾਕੀ ਇੱਕ ਚੀਜ਼ ਦਾ ਮੈਨੂੰ ਬੜਾ ਅਫਸੋਸ ਹੋਇਆ ਦੇਖ ਕੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਬਹੁਤ ਸਫਾਈ ਆ ਜਿਹੜੀ ਵੀਡੀਓ ਦੇਖੀ ਵਾਕਈ ਸਫਾਈ ਹੁੰਦੀ ਸੀਗੀ ਲੇਕਿਨ ਸਮੁੰਦਰ ਦਾ ਏਰੀਆ ਦੇਖ ਕੇ ਬਹੁਤ ਦੁੱਖ ਹੋਇਆ ਕਿ ਯਾਰ ਐਡਾ ਜ਼ਬਰਦਸਤ ਕਿਸਮ ਦਾ ਏਰੀਆ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਅਸੀਂ ਤੁਹਾਡੀ ਜੇ ਤਾਰੀਫ ਕਰਦੇ ਹਾਂ ਤੇ ਅਸੀਂ ਤੁਹਾਨੂੰ ਤਨਕੀਦ ਵੀ ਕਰਨੀ ਹੈ ਹਾਂ ਜਿਹੜੀ ਚੀਜ਼ ਅੱਛੀ ਆ ਉਹਦੀ ਤਾਰੀਫ ਕਰਾਂਗੇ ਜਿਹੜੀ ਚੀਜ਼ ਨਹੀਂ ਅੱਛੀ ਉਹਦੀ ਅਸੀਂ ਤਨਕੀਦ ਕਰਾਂਗੇ ਤੇ ਇਹ ਚੀਜ਼ ਜਿਹੜੀ ਆ ਦੇਖ ਕੇ ਤੇ ਵਾਕਈ ਅਫਸੋਸ ਹੋਇਆ ਜਿਸ ਤਰ੍ਹਾਂ ਵੀਡੀਓ ਚੋਂ ਭਾਈ ਨੇ ਦਿਖਾਇਆ ਹੈ ਨਾ ਸੀ ਵਿਊ ਦਾ ਮਤਲਬ ਲੁੱਕ ਬਹੁਤ ਅੱਛੀ ਹੈ ਵਿਊ ਬਹੁਤ ਅੱਛਾ ਹੈ ਬਿਲਕੁਲ ਲੇਕਿਨ ਸਫਾਈ ਨਹੀਂ ਹੈ ਤੇ ਦੂਸਰੇ ਨੰਬਰ ਤੇ ਸਕਾਈ ਸਕ੍ਰੈਪਰ ਬਹੁਤ ਜ਼ਬਰਦਸਤ ਬਿਲਡਿੰਗ ਨੇ ਬਹੁਤ ਬੜੀਆਂ ਬੜੀਆਂ ਬਿਲਡਿੰਗਾਂ ਛੜੀ ਹੋਈ ਹੈ ਯਾਨੀ ਇੰਡੀਆ ਦਾ ਸਭ ਤੋਂ ਰਿਚੈਸਟ ਸਿਟੀ ਮੁੰਬਈ ਹੈ ਔਰ ਜ਼ਾਹਰ ਰਿਚੈਸਟ ਸਿਟੀ ਮੁੰਬਈ ਹੈ ਤੇ ਫਿਰ ਡਿਵੈਲਪ ਸਿਟੀ ਵੀ ਮੁੰਬਈ ਹੋਣਾ ਨਾ ਜੀ ਹਾਂ ਤੇ 170 ਪਲੱਸ ਉਹ ਕਹਿ ਰਿਹਾ ਅੰਡਰ ਕੰਸਟਰਕਸ਼ਨ ਨੇ ਜੇ 170 ਪਲੱਸ ਅੰਡਰ ਕੰਸਟਰਕਸ਼ਨ ਹੈ ਤੇ ਇਹਦਾ ਮਤਲਬ ਹੈ ਵੀ ਹੋ ਸਕਦਾ ਮੇ ਬੀ 300-400 ਤੋਂ ਵੀ ਉੱਪਰ ਇਸ ਬਿਲਡਿੰਗ ਬਿਲਕੁਲ ਸ਼ਹਿਰ ਤਾਂ ਬਹੁਤ ਬੜਾ ਹੈ ਔਰ ਇਸ ਸ਼ਹਿਰ ਵੱਡੇ ਸ਼ਹਿਰ ਹੋਣ ਦੇ ਨਾਤੇ ਇਹਦੇ ਚ ਬਿਲਡਿੰਗਸ ਵੀ ਜ਼ਿਆਦਾ ਹੋਣੀਆਂ ਚਾਹੀਦੀਆਂ ਤੇ ਹੈ ਵੀ ਨੇ ਤੇ ਜਿਹੜਾ ਰੋਡ ਹੈ ਨਾ ਮੇਨ ਟੌਪਿਕ ਸਾਡਾ ਰੋਡ ਹੈ ਤੇ ਰੋਡ ਜਿਹੜਾ ਕੋਸਟਲ ਹਾਈਵੇ ਬਣ ਰਿਹਾ ਵਾ ਮੇਰੇ ਖਿਆਲ ਹੈ ਕੋਸਟਲ ਰੋਡ ਬਣ ਰਿਹਾ ਇਹਦੇ ਨਾਲ ਤੁਹਾਡੇ ਸਾਰੀ ਮੁੰਬਈ ਦੀ ਟ੍ਰੈਫਿਕ ਫਲੋ ਜਿਹੜਾ ਨਾ ਉਹ ਘੱਟ ਹੋ ਜਾਏਗਾ ਘੱਟ ਹੋਣ ਦੀ ਵਜ੍ਹਾ ਨਾਲ ਤੁਹਾਡਾ ਟਾਈਮ ਬਚੇਗਾ ਟਾਈਮ ਬਚਿਆ ਤੇ ਸਾਰਾ ਕੁਛ ਬਚ ਗਿਆ ਟਾਈਮ ਇਜ਼ ਮਨੀ ਨਾ ਜੀ ਹਾਂਜੀ ਲਾਸਟ ਤੇ ਵੀਡੀਓ ਜਿਸ ਤਰ੍ਹਾਂ ਇਹਨੇ ਦਿਖਾਇਆ ਨਾ ਜੀ ਇਹ ਬਾਂਦਰਾ ਬ੍ਰਿਜ ਬਣਿਆ ਹੋਇਆ ਵਾ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਇਹ ਆਈ ਥਿੰਕ 17 ਕਿਲੋਮੀਟਰ ਦਾ ਵਾ ਕਨਫਰਮ ਨਹੀਂ ਕਿੰਨਾ ਹੈਗਾ ਲੇਕਿਨ ਮੇਰੇ ਖਿਆਲ 17 ਕਿਲੋਮੀਟਰ ਦਾ ਡਿਸਟੈਂਸ ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਜਾਂਦਾ ਔਰ ਬਿਲਕੁਲ ਸਮੁੰਦਰ ਦੇ ਵਿੱਚ ਆ ਇਹ ਵੀ ਬੜੇ ਅੱਛੇ ਤਰੀਕੇ ਨਾਲ ਬਣਾਇਆ ਗਿਆ ਵਾ ਬੜੀ ਜ਼ਬਰਦਸਤ ਇੰਜੀਨੀਅਰਿੰਗ ਕੀਤੀ ਗਈ ਆ ਤੇ ਇਸ ਦੀ ਵਜ੍ਹਾ ਤੋਂ ਵੀ ਮੁੰਬਈ ਦਾ ਜਿਹੜਾ ਵਾ ਉਹ ਇੰਟਰਨਲ ਟ੍ਰੈਫਿਕ ਦਾ ਜਿਹੜਾ ਪ੍ਰੈਸ਼ਰ ਆ ਨਾ ਉਹ ਘੱਟ ਹੋਇਆ ਤੇ ਮੁੰਬਈ ਕੋਸਟਲ ਜਿਹੜਾ ਰੋਡ ਬਣ ਰਿਹਾ ਉਹਦੀ ਵਜ੍ਹਾ ਤੋਂ ਵੀ ਜਿਹੜਾ ਉਹ ਟ੍ਰੈਫਿਕ ਦਾ ਰੋਡਾਂ ਦੇ ਉੱਤੇ ਰਸ਼ ਘਟੇਗਾ ਜਿਨ੍ਹਾਂ ਨੇ ਯਾਨੀ ਬਾਹਰੋਂ ਬਾਹਰ ਜਾਣਾ ਉਹ ਕੋਸਟਲ ਵੇ ਤੇ ਚਲੇ ਜਾਣਗੇ ਫਿਰ ਮਜ਼ੇਦਾਰੀ ਦੀ ਗੱਲ ਕਿ ਇੱਥੇ ਮਾਹੀਗੀਰਾਂ ਵਾਸਤੇ ਵੀ ਇਹਨਾਂ ਨੇ ਨਾ ਬੋਟਸ ਵਗੈਰਾ ਨੇ ਉਹਦੇ ਵਾਸਤੇ ਵੀ ਮੇਰਾ ਖਿਆਲ ਹੈ ਕੋਈ ਅੱਛਾ ਇੰਤਜ਼ਾਮ ਕਰਨਗੇ ਜ਼ਾਹਰ ਹੈ ਜੀ ਲੋਕਾਂ ਦੇ ਜਿਹੜਾ ਜ਼ਰੀਆ ਮਾਸ਼ ਆ ਉਹਨੂੰ ਤਾਂ ਨਹੀਂ ਨਾ ਉਹਨਾਂ ਨੇ ਡਿਸਟਰਬ ਕਰਨਾ ਬਿਲਕੁਲ ਉਹ ਆਪਣਾ ਰੁਜ਼ਗਾਰ ਕਮਾਉਂਦੇ ਨੇ ਮੱਛੀਆਂ ਫੜ ਕੇ ਔਰ ਸ਼ਹਿਰ ਦੇ ਵਿੱਚ ਲਿਆ ਕੇ ਵੇਚਦੇ ਨੇ ਉਹਨਾਂ ਨੂੰ ਤਾਂ ਡਿਸਟਰਬ ਨਹੀਂ ਕਰਨਾ ਨਾ ਜੀ ਬਿਲਕੁਲ ਲਓ ਦੋਸਤੋ ਇਹ ਸੀ ਅੱਜ ਦੀ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਟੈਲ ਦਾ ਬਟਨ ਲਾਜ਼ਮੀ ਦਬਾ ਦਿਓ